ਕੋਈ ਨਾ ਕੋਈ ਅਪਡੇਟ ਜਿਹੜੀ ਆ ਨਵੀਂ ਸਾਹਮਣੇ ਆਉਂਦੀ ਰਹਿੰਦੀ ਆ ਬਲਵੰਤ ਸਿੰਘ ਮਲਤਾਨੀ ਕੇਸ ਤੋਂ ਬਾਅਦ ਤੇ ਲਗਾਤਾਰ ਕਿਸੇ ਨਾ ਕਿਸੇ ਕੇਸ ਦੇ ਵਿੱਚ ਉਮੀਦ ਸੈਣੀ ਜਿਹੜੇ ਨੇ ਉਲਝੇ ਰਹੇ ਨੇ ਹੁਣ ਫੇਰ ਜਿਹੜਾ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਗਿਆ ਕਮਲ ਦੇਖੋ ਜਿਹੜਾ ਹੁਣ ਹਾਈ ਕੋਰਟ ਨੇ ਤਾਇਆ ਨੋਟਿਸ ਜਾਰੀ ਕੀਤਾ ਇੱਕ ਇਹ ਕਾਨੂੰਨੀ ਪ੍ਰਕਿਰਿਆ ਦਾ ਇੱਕ ਨਿਯਮ ਕਹਿ ਲੋ ਜਾਂ ਇੱਕ ਇਹ ਜਿਹੜੀਆਂ ਅਦਾਲਤੀ ਪ੍ਰਕਿਰਿਆ ਉਹਦਾ ਇੱਕ ਨਾ ਇੱਕ ਹਿੱਸਾ ਹੈ ਜਦੋਂ ਵੀ ਕੋਈ ਵੀ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਪਟੀਸ਼ਨ ਫਾਈਲ ਕਰਦਾ ਹੈ ਚਾਹੇ ਉਹ ਸਰਕਾਰ ਹੋਵੇ ਚਾਹੇ ਕੋਈ ਹੋਰ ਆਮ ਵਿਅਕਤੀ ਸੇਵਲਦਾ ਹੋਵੇ ਜਦੋਂ ਵੀ ਉਹ ਕੋਈ ਕੇਸ ਫਾਈਲ ਕਰਦਾ ਹੈ ਤਾਂ ਸਰਕਾਰ ਜਿਹੜੀ ਕੋਰਟ ਆ ਉਹਨੂੰ ਨੋਟਿਸ ਕਰ ਦਿਉ ਕਰਦੀ ਆ ਉਹ ਚਾਹੇ ਨਿਚਲੀ ਅਦਾਲਤ ਹੋਵੇ ਚਾਹੇ ਹਾਈ ਕੋਰਟ ਹੋਵੇ ਚਾਹੇ ਸੁਪਰੀਮ ਕੋਰਟ ਹੋਵੇ ਆਉਣ ਵਾਲਾ ਸਮਾਂ ਕਿਹਾ ਜਾ ਹੋਵੇਗਾ ਕਿਉਂਕਿ ਸਰਕਾਰ ਪਰ ਵੀ ਕੈਪਟਨ ਮਹਿੰਦਰ ਸਿੰਘ ਪਰ ਬਹੁਤ ਵੱਡਾ ਦਬਾਅ ਵੱਧ ਰਿਹਾ ਹੈ ਖਾਸ ਕਰਕੇ ਬਰਗਾੜੀ ਤੇ ਬੇਇੱਜ਼ਤੀ ਮਾਮਲਿਆਂ ਨੂੰ ਲੈ ਕੇ ਕੋਟ ਪੂਰਾ ਗੋਲੀ ਥਾਣੋਂ ਲੈ ਕੇ ਕਿ ਕਾਰਵਾਈ ਹੋਣੀ ਚਾਹੀਦੀ ਸਿੱਖ ਸੰਗਤ ਚਾਹੁੰਦੀ ਹੈ ਕਿ ਕਾਰਵਾਈ ਹੋਵੇ ਉਸ ਉਸ ਮਾਮਲੇ ਵਿੱਚ ਹਲੇ ਕੈਪਟਨ ਮਹਿੰਦਰ ਸਿੰਘ ਦੀ ਸਰਕਾਰ ਆ ਜਿਹੜੀ ਬੇਇੱਜ਼ਤੀ ਮਾਮਲਿਆਂ ਦੇ ਵਿੱਚ ਕੋਈ ਪੱਕਾ ਕੰਮ ਨਹੀਂ ਕਰ ਸਕੀ ਹੈਗੀ ਸਰਕਾਰ ਚਾਹੁੰਦੀ ਹੈ ਕਿ ਜੇਕਰ ਇਹ ਕਿਸੇ ਨਾ ਕਿਸੇ ਮਾਮਲੇ ਦੇ ਅੰਦਰ ਚਲੇ ਜਾਂਦਾ ਤਾਂ ਹੋ ਸਕਦਾ ਹੈ ਵੀ ਜਿਹੜੀਆਂ ਪਾਤਕਤੀ ਰਾਂ ਸਿੱਖ ਤੇ ਰਾਂ ਜਾ ਗੁਰੂ ਗ੍ਰੰਥ ਸਾਹਿਬ ਦੀ ਨੂੰ ਸਤਕਾਰ ਕਰਨ ਵਾਲੀਆਂ ਹਾਸਤਾ ਰੱਖਣ ਵਾਲੀਆਂ ਜਿਹੜੀਆਂ ਧਿਰਾਂ ਉਹ ਕਿਤਨਾ ਕੀਤੇ ਫਿਰ ਜਿਹੜੀ ਸਰਕਾਰ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਨ ਫੋਨੀਪੱਦੇ ਨਿਵਾਸੀ ਨੇ ਉਹਨਾਂ ਨੇ ਪਟੀਸ਼ਨ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਪਾਈ ਸੀ ਕਿ ਜਿਹੜਾ ਰਸਤਾ ਖੁਲਵਾਇਆ ਜਾਵੇ ਕਿਉਂਕਿ ਭਾਰੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਕਰਨਾ ਪੈ ਰਿਹਾ ਆਵਾ ਚਾਹੀਦੇ ਨਹੀਂ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਨਕਾਰ ਕੀਤਾ ਹੈ ਔਰ ਇਹ ਕਿਹਾ ਕਿ ਹਾਈ ਕੋਰਟ ਤੱਕ ਤੁਸੀਂ ਜਾ ਸਕਦੇ ਹੋ ਤੇ ਦੂਜਾ ਇਹ ਵੀ ਕਿਹਾ ਗਿਆ ਕਿ ਯਾਤਰਾ ਰਸਤੇ ਨਵੇਂ ਬਣਾਓ ਤੇ ਜਾਂ ਫਿਰ ਰਸਤਾ ਖੁਲਵਾਓ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਗਈ ਹੈ ਕਮਲ ਇਹਦੇ ਵਿੱਚ ਪਹਿਲਾਂ ਵੀ ਕਈ ਪਟੀਸ਼ਨਾਂ ਜਿਹੜੀਆਂ ਸੁਪਰੀਮ ਕੋਰਟ ਵਿੱਚ ਜਿਹੜੀਆਂ ਪਈਆਂ ਜਾਂ ਨਹੀਂ ਤੇ ਪਟੀਸ਼ਨਾਂ ਜਿਹਨੂੰ ਆਪਾਂ ਪੀਈਆਈ ਲੈ ਕਹਿੰਦੇ ਆ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਪਹਿਲਾਂ ਹੀ ਇਹ ਡਿਸੀਜਨ ਦੇ ਚੁੱਕੀ ਆ ਕਿ ਧਰਨੇ ਮਜਾਰੇ ਰੋਜ਼ ਪ੍ਰਦਰਸ਼ਨ ਕਰਨਾ ਹਾਂ ਹਾਂ ਉਹਦਾ ਸੰਵਿਧਾਨਕ ਹੱਕ ਆ ਕਿਸਾਨਾਂ ਦਾ ਤੇ ਇਹ ਵੀ ਕਹਿ ਚੁੱਕੀ ਆ ਕਿ ਜਦੋਂ ਕੋਈ ਟੋੜ-ਫੋੜ ਨਹੀਂ ਕਰਦਾ ਕਿਸੇ ਤਰ੍ਹਾਂ ਦੀ ਕੋਈ ਘਟਨਾ ਕਰ ਨਹੀਂ ਹੁੰਦੀ ਉਹ ਆਪਣਾ ਪ੍ਰੋਟੈਸਟ ਆ ਜਿਹੜੇ ਕਰ ਸਕਦੇ ਆ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਦੇਖਣਾ ਕਿ ਉਹਨਾਂ ਨੂੰ ਕਿਸ ਵੀ ਧਾਵਾਵਾਂ ਦੇਣੀ ਆ ਜਾਂ ਨਹੀਂ ਦੇਣੀ ਆ ਜਾਂ ਉਹ ਕਿੱਥੇ ਪ੍ਰੋਟੈਸਟ ਕਰ ਸਕਦੇ ਆ ਲੰਬੀ-ਚੌੜੀ ਬਾਤ ਆ ਜਿਹੜੀ ਸੁਪਰੀਮ ਕੋਰਟ ਪਹਿਲਾਂ ਹੀ ਇਸ ਮਾਮਲੇ ਵਿੱਚ ਆਪਣੇ ਜਿਹੜੇ ਡਿਸੀਜਨ ਆ ਉਹ ਦੇ ਚੁੱਕੀ ਆ ਤੇ ਦੂਜੇ ਪਾਸੇ ਹੁਣ ਡਾਕਟਰ ਪਿਆਰੇ لال ਗਰਗ ਵੀ ਬੜੀ ਤਿੱਖੀ ਜਿਹੜੀ ਬਿਆਨਬਾਜ਼ੀ ਉਹ ਵੀ ਕਰਦੇ ਨਜ਼ਰ ਆ ਰਹੇ ਨੇ ਕਿ ਤੇ ਉਹ ਵੀ ਛੇਤੀ ਅਸਤੀਫਾ ਦੇਣ ਵਾਲੇ ਤਾਂ ਨਹੀਂ ਹੈਗੇ ਜਿਸ ਤਰੀਕੇ ਦੀ ਬਿਆਨਬਾਜ਼ੀ ਉਹਨਾਂ ਨੇ ਕੀਤੀ ਜਾ ਰਹੀ ਹੈ ਔਰ ਵਿਵਾਦ ਹੋ ਸਕਦਾ ਹੈ ਉਹਨਾਂ ਦੇ ਬਿਆਨ ਦੇਖੋ ਕਮਲ ਜਿਹੜੀ ਤੁਸੀਂ ਡਾਕਟਰ ਪਿਆਰੇ لال ਗਰਗ ਜੀ ਦੀ ਗੱਲ ਕੀਤੀ ਆ ਅਸਤੀਫਾ ਦੇਣ ਨੂੰ ਆਏ ਉਹ ਤਾਂ ਇੱਕ ਮਿੰਟ 'ਚ ਦੇ ਦੇਣਗੇ ਉਹ ਜਿੰਨੇ ਕੋਰੇ ਹਮ ਅਮਨ ਪਸੰਦ ਇਨਸਾਫ ਪਸੰਦ ਇਮਾਨਦਾਰ ਗੱਲ ਨੂੰ ਮੂੰਹ ਪਰ ਐਨ ਸੱਦੀ ਕਹਿਣ ਵਾਲੇ ਆਗੂ ਨੇ ਬਹੁਤ ਵਧੀਆ ਉਹਨਾਂ ਦੀ ਆਪਾਂ ਕਹਿ ਸਕਦੇ ਆ ਨੇਚਰ ਆ ਤੇ ਉਹ ਹਰ ਸਮ ਗੱਲ ਸਮੇ ਉਹ ਇਨਸਾਨੀਅਤ ਦੀ ਗੱਲ ਕਰਦੇ ਨੇ ਭਾਵੇਂ ਉਹ ਇੱਕ ਦੇਖੋ ਗਰਗ ਪਰਿਵਾਰ ਨਾਲ ਸੰਬੰਧਤ ਆ ਜਿਹਨੂੰ ਆਪਾਂ ਪੰਜਾਬੀ ਦੇ ਚ ਬਾਣੀਆਂ ਪਰਿਵਾਰ ਨਾਲ ਗੱਲ ਕਹਿੰਦੇ ਆ Hindu ਫੈਮਿਲੀ ਨੂੰ ਬਿਲੋਂਗ ਕਰਦੇ ਪਰ ਜਿਸ ਢੰਗ ਨਾਲ ਉਹਨਾਂ ਨੂੰ ਗੁਰਬਾਣੀ ਦੀ ਜਿਹੜੀ ਕੰਠਾ ਜਾਂ ਗੁਰਬਾਣੀ ਦੀਆਂ ਆ ਤੁਕਾਂ ਆ ਪੜ੍ਹ ਕੇ ਉਹ ਸੋਧਨ ਕਰਦੇ ਨੇ ਉਹ ਆਪਣੇ ਆਪ ਦੇ ਵਿੱਚ ਬਾ ਕਮਾਲ ਨੇ ਸੱਚ ਕਾਲ ਪੰਜਾਬ ਸਟਾਰ ਟੀਵੀ ਵੇਖ ਰਹੀ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਸਾਬਕਾ ਡੀਜੀਪੀ ਸੁਮੇਤ ਸੈਣੀ ਦੀਆਂ ਦੇ ਚਿੱਠੇ ਜਿਹੜੇ ਨੇ ਉਹ ਖੋਲੇ ਜਾਣਗੇ ਇੱਕ ਵਾਰ ਫਿਰ ਤੋਂ ਨੋਟਿਸ ਜਾਰੀ ਕੀਤਾ ਗਿਆ ਸੁਮੇਤ ਸੈਣੀ ਨੂੰ ਕਿਉਂਕਿ ਪਿਛਲੀ ਵਾਰ ਜਦੋਂ ਨੋਟਿਸ ਭੇਜਿਆ ਗਿਆ ਸੀ ਤਾਂ ਉਹ ਪੁੱਛਗਿੱਛ ਕਰਨ ਦੇ ਲਈ ਉਹਨਾਂ ਨੂੰ ਬੁਲਾਇਆ ਗਿਆ ਸੀ ਤੇ ਉਹ ਪੇਸ਼ ਨਹੀਂ ਹੋਏ ਸਨ ਤੇ ਹੁਣ ਇੱਕ ਵਾਰ ਫਿਰ ਦੁਬਾਰਾ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਹੈ ਔਰ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਨਾਂ ਵੱਲੋਂ ਦਿੱਤੀ ਗਈ ਔਰ ਇਸ ਨੋਟਿਸ ਦੇ ਵਿੱਚ ਹੋਰ ਕੀ ਕੀ ਦੱਸਿਆ ਗਿਆ ਕਿ ਇਸ ਲਈ ਬੁਲਾਇਆ ਗਿਆ ਇਸ ਦੇ ਬਾਰੇ ਵਿਸਥਾਰ ਪੂਰਵਕ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛੱਪ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਕਮਲ ਜੀ ਸਰ ਸੁਮੇਤ ਸੈਣੀ ਨੂੰ ਲੈ ਕੇ ਹੁਣ ਕੋਈ ਨਾ ਕੋਈ ਅਪਡੇਟ ਜਿਹੜੀ ਆ ਨਵੀਂ ਸਾਹਮਣੇ ਆਉਂਦੀ ਰਹਿੰਦੀ ਆ ਬਲਵੰਤ ਸਿੰਘ ਮਲਤਾਨੀ ਕੇਸ ਤੋਂ ਬਾਅਦ ਤੇ ਲਗਾਤਾਰ ਕਿਸੇ ਨਾ ਕਿਸੇ ਕੇਸ ਦੇ ਵਿੱਚ ਸੁਮੇਤ ਸੈਣੀ ਜਿਹੜੇ ਨੇ ਉਲਜੇ ਰਹੇ ਨੇ ਹੁਣ ਫਿਰ ਜਿਹੜਾ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਗਿਆ ਕਮਲ ਦੇਖੋ ਜਿਹੜਾ ਹੁਣ ਹਾਈ ਕੋਰਟ ਨੇ ਤਾਜ਼ਾ ਨੋਟਿਸ ਜਾਰੀ ਕੀਤਾ ਹੈ ਇੱਕ ਇਹ ਕਾਨੂੰਨੀ ਪ੍ਰਕਿਰਿਆ ਦਾ ਇੱਕ ਨਿਯਮ ਕਹਿ ਲਓ ਜਾਂ ਇੱਕ ਇਹ ਜਿਹੜੀਆਂ ਅਦਾਲਤੀ ਪ੍ਰਕਿਰਿਆ ਉਹਦਾ ਇੱਕ ਨਾ ਇੱਕ ਹਿੱਸਾ ਹੈ ਹਮ ਜਦੋਂ ਵੀ ਕੋਈ ਵੀ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਪਟੀਸ਼ਨ ਫਾਈਲ ਕਰਦਾ ਹੈ ਹਮ ਚਾਹੇ ਉਹ ਸਰਕਾਰ ਹੋਵੇ ਚਾਹੇ ਕੋਈ ਹੋਰ ਆਮ ਵਿਅਕਤੀ ਸੇਵਲਦਾ ਹੋਵੇ ਜਦੋਂ ਵੀ ਉਹ ਕੋਈ ਕੇਸ ਫਾਈਲ ਕਰਦਾ ਤਾਂ ਸਰਕਾਰ ਜਿਹੜੀ ਕੋਰਟ ਆ ਉਹਨੂੰ ਨੋਟਿਸ ਕਰ ਦਿਉ ਕਰਦੀ ਆ ਉਹ ਚਾਹੇ ਨਿਚਲੀ ਅਦਾਲਤ ਹੋਵੇ ਚਾਹੇ ਹਾਈ ਕੋਰਟ ਹੋਵੇ ਚਾਹੇ ਸੁਪਰੀਮ ਕੋਰਟ ਹੋਵੇ ਹੁਣ ਪੰਜਾਬ ਵਿਜੀਲੈਂਸ ਵੱਲੋਂ ਗ੍ਰੈਬ ਪੱਗ ਵੱਲੋਂ ਸਰਕਾਰ ਵੱਲੋਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਅਦਾਲਤ ਨੇ 7 ਦਿਨਾਂ ਦਾ ਨੋਟਿਸ ਦੇਣ ਦੀ ਗੱਲ ਕੀਤੀ ਹੈ ਕਿ ਇਹ ਜਿਹੜੀ ਜਵਾਨਤਾ ਇਹਨੂੰ ਦਿੱਤੀ ਆ ਆਪਣਾ ਆਮਦਨ ਤੋਂ ਵੱਧ ਪ੍ਰਾਪਰਟੀ ਵੜਾਉਣ ਦੇ ਮਾਮਲੇ ਦੇ ਵਿੱਚ ਉਸ ਮਾਮਲੇ ਨੂੰ ਲੈ ਕੇ ਜਿਹੜੀ ਜ਼ਬਾਨ ਦਿੱਤੀ ਆ ਉਸ ਜ਼ਬਾਨਤ ਦੀ ਰੱਦ ਕਰਵਾਉਣ ਵਾਸਤੇ ਇੱਕ ਪਟੀਸ਼ਨ ਆ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਟੇਟ ਵੱਲੋਂ ਪਾਈ ਗਈ ਸੀ ਵੀ ਇਹਦੀ ਜ਼ਬਾਨਤ ਆ ਜਿਹੜੀ ਰੱਦ ਕੀਤੀ ਜਾਣੀ ਚਾਹੀਦੀ ਆ ਇਹਨਾਂ ਨੇ ਸਰਕਾਰ ਜਿਹੜੇ ਅਦਾਲਤ ਦੇ ਹੁਕਮਾਂ ਦੀ ਇੱਕ ਤਾਂ অবਗਿਆ ਕੀਤੀ ਆ ਤੇ ਦੂਜੀ ਇਨਫੋਰਮੇਸ਼ਨ ਆ ਜਿਹੜੀ ਉਹ ਸਹਿ ਨਹੀਂ ਦੇ ਰਹੇ ਤੇ ਇਹਨਾਂ ਦੇ ਉਹਨਾਂ ਨੇ ਨਿਚਲੀ ਅਦਾਲਤ ਜਿਹੜੇ ਵਕੀਲ ਆ ਉਹਨਾਂ ਦੇ ਡਿਫੈਂਸ ਦੇ ਵਕੀਲ ਆ ਉਹਨਾਂ ਨੇ ਕਿਰੀ ਅਦਾਲਤ ਆ ਜਿਹੜੀ ਜਿਸ ਦਿਨ ਵਿਜੀਲੈਂਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉੱਥੋਂ ਅਦਾਲਤ ਵਿੱਚ ਜਿਹੜੀ ਵਿੱਚ ਪੇਸ਼ ਕੀਤੀ ਵੀ ਉਹਨਾਂ ਨੂੰ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਸਹੀ ਨਹੀਂ ਦਿੱਤੀ ਹਾਈ ਕੋਰਟ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਗਲਤ ਉੱਥੇ ਸਟੇਟਮੈਂਟ ਉਹ ਦਿੱਤੀ ਆ ਇਸ ਕਰਕੇ ਸਟੇਟ ਨੇ ਹੁਣ ਆਪਣੀ ਇਹਨਾਂ ਦੀ ਜਵਾਨਤ ਜਿਹੜੀ ਹੈਗੀ ਆ ਉਹ ਰੱਦ ਕਰਨ ਵਾਸਤੇ ਇੱਕ ਐਪਲੀਕੇਸ਼ਨ ਆ ਜਿਹੜੀ ਉਹ ਮੂਵ ਕੀਤੀ ਆ ਉਸ ਦੇ ਆਧਾਰ ਤੇ ਹੀ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ ਕਿ ਇਸ ਮਾਮਲੇ ਵਿੱਚ ਆਪਣਾ ਜਵਾਬ ਦੇ। ਹੁਣ ਇਹ ਆਪਣੇ ਤੇ ਵਕੀਲ ਹੈ ਜਿਹੜਾ ਡਿਫੈਂਸ ਡਿਫੈਂਸ ਕਾਉਂਸਲ ਉਹ ਆਪਣੇ ਉੱਥੇ ਜਵਾਬ ਦੇਵੇਗੀ ਕਿ ਨਹੀਂ ਹਰੇਕ ਦਾ ਆਪਣਾ ਆਪਣਾ opinion ਹੋਵੇਗਾ। ਹੁਣ ਇਹ ਇਹਨਾਂ ਦਾ ਡਿਫੈਂਸ ਕਾਉਂਸਲ ਆ ਜਿਹੜਾ ਇਹਦੇ ਵਕੀਲ ਆਪਣੇ ਸਮਰਥ ਸੈਣੀ ਦੇ ਕੀ ਉੱਥੇ ਇਨਫੋਰਮ ਉਹ ਦਿੰਦੇ ਨੇ ਆਪਣਾ ਪੱਖ ਰੱਖਦੇ ਨੇ ਉਹ ਦੇਖਣ ਵਾਲੀ ਗੱਲ ਹੈ ਕਿ ਉੱਤੇ ਬਾਦ ਅਦਾਲਤ ਆ ਜਿਹੜਾ ਆਪਣਾ ਫੈਸਲਾ ਲਵੇਗੀ। ਪਰ ਇੱਕ ਗੱਲ ਜਿਹੜੀ ਪੰਜਾਬ ਸਰਕਾਰ ਨੇ ਪਲੀ ਲਈ ਆ। ਉਹ ਇਹ ਲਈ ਆ ਕਿ ਕਿ ਹਾਈ ਕੋਰਟ ਨੇ ਜਦੋਂ ਇਹਨੂੰ ਜ਼ਮਾਨਤ ਦਿੱਤੀ ਈ ਐਂਟੀਸੀਪੇਟਰੀ ਬੇਲ ਦਿੱਤੀ ਸੀ ਉਦੋਂ ਇਹ ਗੱਲ ਕਹੀ ਸੀਗੀ ਕਿ 7 ਦਿਨਾਂ ਦੇ ਅੰਦਰ ਅੰਦਰ ਕਿ ਤੁਸੀਂ ਬਿਜਲੀਅੰਸ ਦੇ ਕੋਲ ਜਾ ਕੇ ਪੇਸ਼ ਆਉਣਾ ਹੈ ਤੇ ਉਹਨਾਂ ਨੂੰ ਸਹਿਯੋਗ ਦੇਣਾ ਹੈ ਤੇ ਬਿਜਲੀਅੰਸ ਇਹ ਗੱਲ کہہ ਰਹੀ ਆ ਕਿ 7 ਦਿਨਾਂ ਦੇ ਅੰਦਰ ਇਹ ਉੱਤੇ ਪੇਸ਼ ਨਹੀਂ ਹੋਏ 7ਵਾਂ ਦਿਨ ਜਿਸ ਦਿਨ ਲਾਸਟ ਦਿਨ ਸੀਗਾ ਉਸ ਦਿਨ ਰਾਤ ਨੂੰ ਜਾ ਕੇ ਬਿਜਲੀਅੰਸ ਦੇ ਕੋਲ ਪੇਸ਼ ਹੁੰਦੇ ਨੇ ਤੇ ਇੱਕ ਤਰ੍ਹਾਂ ਦਾ ਡਰਾਮਾ ਕਰਦੇ ਨੇ ਕਿ ਰਾਤ ਨੂੰ ਆਪਣੀ ਹਾਜ਼ਰੀ ਲਵਾਉਣ ਵਾਸਤੇ ਗਏ ਵੀ ਮੈਂ ਆਪਣੀ ਹਾਜ਼ਰੀ ਲਵਾਈ ਜਦ ਕਿ ਬਿਜੀਲੈਂਸ ਨੇ ਉਹਨਾਂ ਨੂੰ ਇੱਕ ਜਿਹੜਾ ਇੱਕ ਹੋਰ ਆ ਜਿਹੜਾ WWIC ਵਾਲਾ ਇੱਕ ਮਾਮਲਾ ਹੋਰ ਆ ਜਿਹੜਾ ਕਰਾਲੀ ਦੇ ਚ ਇੱਕ ਕਲੋਨੀ ਕੱਟੀ ਗਈ ਸੀਗੀ ਹੋਰ ਮਾਮਲਾ ਸੀਗਾ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਆਮਦਨ ਤੋਂ ਵੱਧ ਸਰੋਤਾਂ ਦੀ ਜਿਹੜੀ ਜਾਇਦਾਦ ਪਣਾਉਣ ਵਾਲੇ ਜਦੋਂ ਗ੍ਰਿਫਤਾਰ ਕਰ ਲਿਆ ਉਹਦੇ ਬਾਅਦ ਫਿਰ ਮਾਮਲਾ ਜਿਹੜਾ ਥੱਲੜੀ ਅਦਾਲਤੋਂ ਲੈ ਕੇ ਹਾਈ ਕੋਰਟ ਤੱਕ ਗਿਆ ਇਹ ਸਾਰੇ ਜਿਹੜੇ ਮਾਮਲੇ ਆ ਇਹ ਗੱਲ ਠੀਕ ਹੈ ਕਿ ਸਮੇਸ਼ਾਣੀ ਖਿਲਾਫ ਇੱਕ ਮਾਮਲਾ ਨਹੀਂ ਹੈਗਾ ਕਈ ਮਾਮਲੇ ਜਿਹੜੇ ਖੁੱਲੇ ਹੋਏ ਆ ਜਦੋਂ ਤੁਸੀਂ ਸੱਤਾ ਦੀ ਕੁਰਸੀ ਪਰ ਬੈਠੇ ਹੁੰਦੇ ਆ ਤਾਂ ਫਿਰ ਤੁਸੀਂ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਅਜਿਹਾ ਕਰੈਮ ਕਰਦੇ ਜਾਂਦੇ ਨੇ ਤੁਸੀਂ ਥੱਲੜੇ ਬੰਦੇ ਦੀ ਜਿਹੜੀ ਉਹਨੂੰ ਇਨਸਾਫ ਦੇਣ ਦੀ ਬਜਾਏ ਆਪਣੀਆਂ ਮਨਮਰਜ਼ੀਆਂ ਕਰਦੇ ਆ ਕਿਹਾ ਕੁਦਰਤ ਦਾ ਵੀ ਇੱਕ ਨਿਯਮ ਆ ਵੀ ਕਦੇ ਨਾ ਕਦੇ ਤਾਂ ਕਿਹਾ ਜਾਂਦਾ ਵੀ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜਿੰਨੀ ਦੇ ਤੱਕ ਸੱਤਾ 'ਚ ਰਹੇ ਇਹਨੇ ਖਾਕੀ ਵਰਦੀ ਪਾਈ ਹੋਈ ਰਹੀ ਉੰਨੀ ਦੇਰ ਤੱਕ ਪਾਵੇਂ ਕੇ ਲੋਕਾਂ ਕਈ ਲੋਕਾਂ ਜ਼ੁਰਤ ਕਰਕੇ ਅੱਗੇ ਨਿਕਲਦੇ ਰਹੇ ਆਉਂਦੇ ਰਹੇ ਕਾਰਵਾਈ ਕਰਨ ਵਾਸਤੇ ਪਰ ਕਿਤਨਾ ਕੀਤੇ ਆਪਣੇ ਸਿਆਸੀ ਅਤੇ ਅਸਰ ਸੂਖਦੇ ਰਹੇ ਆਪਣੀ ਵਰਦੀ ਦੇ ਰੋਬ ਦੇ ਰਹੇ ਇਸ ਮਾਮਲੇ ਨੂੰ ਦਬਾਉਂਦੇ ਰਹੇ ਠੰਡੇ ਰਹੇ ਕਰਦੇ ਰਹੇ ਜਿਵੇਂ ਕਿ ਹੁਣ ਵੀ ਭਾਵੇਂ ਕਿ ਹੋ ਰਿਹਾ ਪਰ ਆਉਣ ਵਾਲਾ ਸਮਾਂ ਕਿਹਾ ਜਾ ਹੋਵੇਗਾ ਕਿਉਂਕਿ ਸਰਕਾਰ ਪਰ ਵੀ ਕਪਟਨ ਮਨਿੰਦਰ ਸਿੰਘ ਪਰ ਬਹੁਤ ਵੱਡਾ ਦਬਾਅ ਵੱਧ ਰਿਹਾ ਹੈ ਖਾਸ ਕਰਕੇ ਬਰਗਾੜੀ ਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਕੋਟਕਪੂਰਾ ਗੋਲੀ ਕਾਂਡੂ ਲੈ ਕੇ ਕਿ ਕਾਰਵਾਈ ਹੋਣੀ ਚਾਹੀਦੀ ਸਿੱਖ ਸੰਗਤ ਚਾਹੁੰਦੀ ਹੈ ਕਿ ਕਾਰਵਾਈ ਹੋਵੇ ਦੋਸ਼ ਉਸ ਮਾਮਲੇ ਵਿੱਚ ਹਲੇ ਕੈਪਟਨ ਮਰਿੰਦਾ ਸਿੰਘ ਦੀ ਸਰਕਾਰ ਆ ਜਿਹੜੀ ਬੇਇੱਜ਼ਤੀ ਮਾਮਲਿਆਂ ਦੇ ਵਿੱਚ ਕੋਈ ਪੱਕਾ ਕੰਮ ਨਹੀਂ ਕਰ ਸਕੀ ਹੈਗੀ ਸਰਕਾਰ ਚਾਹੁੰਦੀ ਹੈ ਕਿ ਜੇਕਰ ਇਹ ਕਿਸੇ ਨਾ ਕਿਸੇ ਮਾਮਲੇ ਦੇ ਅੰਦਰ ਚਲੇ ਜਾਂਦਾ ਤਾਂ ਹੋ ਸਕਦਾ ਹੈ ਵੀ ਜਿਹੜੀਆਂ ਪੰਥਕ ਧਿਰਾਂ ਸਿੱਖ ਧਿਰਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਨੂੰ ਸਤਕਾਰ ਕਰਨ ਵਾਲੀਆਂ ਹਾਸਤਾਂ ਰੱਖਣ ਵਾਲੀਆਂ ਜਿਹੜੀਆਂ ਧਿਰਾਂ ਉਹ ਕਿਤਨਾ ਕਿਤੇ ਫਿਰ ਜਿਹੜੀ ਸਰਕਾਰ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਨ ਇਹ ਹੀ ਕਾਰਨ ਆ ਕਿ ਕਾਂਗਰਸ ਵਿੱਚ ਆਪਣੀ ਜਿਹੜੀ ਗਰੁੱਪਵਾਦੀ ਆ ਉਹ ਵੀ ਕੋਟਕਪੂਰਾ ਗੋਲੀ ਕਾਂਡ ਦਾ ਜਦੋਂ ਵਡੈਕਟ ਆਇਆ ਹਾਈ ਕੋਰਟ ਦਾ ਉੱਤੇ ਬਾਅਦ ਹੀ ਵੱਡੇ ਪੱਧਰ ਤੇ ਪੰਜਾਬ ਦੇ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਬਗਾਵਤ ਹੋਈ ਆ ਜਦੋਂ ਕਮਰ ਬਿਜੇ ਪ੍ਰਤਾਪ ਨੂੰ ਜਿਹੜਾ ਆਈਓ ਤੋਂ ਹਟਾਇਆ ਨਵੀਂ ਸੱਤ ਬਣਾਉਣ ਦੇਖੂਗਾ ਉੱਤੇ ਬਾਅਦ ਕਾਂਗਰਸ ਦੇ ਵਿੱਚ ਵੱਡੀ ਪੱਧਰ ਤੇ ਬਗਾਵਤ ਹੋਈ ਆ ਹੁਣ ਇਹਨਾਂ ਨੂੰ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਇਹਨੂੰ ਆਪਣਾ ਕੀ ਜਵਾਬ ਦਿੰਦਣਗੇ ਉਹ ਤੇ ਉਦ ਹਾਈ ਕੋਰਟ ਕੀ ਆ ਫੈਸਲਾ ਲਵੇਗੀ ਇਹ ਆਉਣ ਵਾਲਾ ਜਿਹੜਾ ਸਮਾਂ ਉਹ ਦੱਸੇਗਾ ਫਿਲਹਾਲ ਜ਼ਰੂਰ ਆ ਕਿ ਜਿਹੜੀਆਂ ਸਮੇਤ ਸੈਣੀ ਦੀਆਂ ਜਿਹੜੀਆਂ ਚਿੰਤਾ ਉਹ ਮੁਸ਼ਕਲਾਂ ਉਹ ਜ਼ਰੂਰ ਵਧੀਆਂ ਹੋਈਆਂ ਕਿਉਂਕਿ ਇੱਕ ਤੇ ਬਾਅਦ ਇੱਕ ਜਿਹੜੀ ਪਟੀਸ਼ਨ ਆ ਜਾਂ ਕੋਈ ਹੋਰ ਜਵਾਬ ਆ ਉਹ ਨਾਲ ਦੀ ਨਾਲ ਦੈਰ ਹੋ ਰਿਹਾ ਮੈਨੂੰ ਇਹ ਲੱਗਦਾ ਭਾਵੇਂ ਕਿ ਇਹ ਸਰਕਾਰ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਵੀ ਸਰਕਾਰ ਹੋਊਗੀ ਬੇਨ ਨੂੰ ਹੀ ਲੱਗਦਾ ਕਿ ਜਿਹੜੀਆਂ ਇਹਨੀਆਂ ਮੁਸ਼ਕਲਾਂ ਉਹ ਘਟ ਜਾਣਗੀਆਂ ਕੋਈ ਵੀ ਹੁਣ ਸਰਕਾਰ ਅਜੇ ਨਹੀਂ ਹੋਵੇਗੀ ਜਿਹੜੀ ਵੀ ਕੋਈ ਆਵੇਗੀ ਜਾਂ ਕੋਈ ਪੋਲਿਟਿਕਲ ਪਾਰਟੀ ਕੋਈ ਦੀ ਮਦਦ ਕਰ ਸਕੇ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਦਲ ਨੇ ਜਿਹੜਾ ਰਾਜ ਭੋਗਿਆ ਜੋ ਇਹਨਾਂ ਨੇ ਉੱਥੇ ਕਾਰਜ ਕੀਤੇ ਨੇ ਉਹ ਹੁਣ ਤੱਕ ਵੀ ਅਕਾਲੀ ਦਲ ਦੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਪੈ ਨਹੀਂ ਲੱਗ ਰਹੇ ਲਗਾਤਾਰ ਲੋਕ ਜਿਹੜੇ ਵਿਰੋਧ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਕਾਰਜ ਅਜੇ ਕੀਤੇ ਗਏ ਨੇ ਲੋਕ ਹੁਣ ਤੱਕ ਇਹ ਸਮਝਦੇ ਰਹੇ ਨੇ ਕਿ ਅਕਾਲੀ ਦਲ ਨੇ ਸਮੇਰ ਸੈਣੀ ਨੂੰ ਇੱਕ ਤਰ੍ਹਾਂ ਦੀ ਜਿਹੜੀ ਸੁਰੱਖਿਆ ਛਤਰੀ ਆ ਉਹ ਦਿੱਤੀ ਆ ਜੇਕਰ ਉਹ ਕਾਰਵਾਈ ਕਰ ਦੇ ਉਦੋਂ ਹੀ ਕਹਿੰਦੇ ਖਿਲਾਫ ਕੋਈ ਪਰਚਾ ਦਰਜ ਕਰ ਦੇ ਜਾਂ ਡੀਜੀਪੀ ਦੇ ਉਹਦੇ ਤੋਂ ਹਟਾਉਂਦੇ ਜਦੋਂ ਕੋਟਪੂਰਾ ਗੋਲੀकांड ਹੋਇਆ ਬਰ ਗਾੜੀकांड ਹੋਇਆ ਤਾਂ ਇਹ ਮਸਲਾ ਹੱਲ ਹੋ ਜਾਣੀ ਦਾ ਪਰ ਕਿਤਨਾ ਕੀਤੇ ਜਿਹੜੀ ਲਾਪਰਵਾਹੀ ਕਹਿ ਲੋ ਜਾਂ ਉਹਨਾਂ ਪਰ ਅਸ਼ੀਰਵਾਦ ਕਹਿ ਲੋ ਅਕਾਲੀ ਦਲ ਦੀ ਸਰਕਾਰ ਦਾ ਉਹ ਕਰ ਨਹੀਂ ਸਕੇ ਫੈਸਲਾ ਨਹੀਂ ਲੈ ਸਕੇ ਜਿਹੜਾ ਕਿ ਉਲਟਾ ਹੈ ਜਿਹੜਾ ਉਹ ਆਪਣਾ ਅਕਾਲੀ ਦਲ ਦੀ ਸਰਕਾਰ ਨੂੰ ਖਾਸ ਕਰਕੇ ਬਾਦਲ ਪਰਵਾਹ ਨੂੰ ਉਹ ਮਹਿੰਗਾ ਪਿਆ ਸੀ ਅਸਰ ਸਿੰਘੂ ਬਾਰਡਰ ਸਭ ਨੂੰ ਪਤਾ ਹੈ ਕਿ ਸਿੰਘੂ ਬਾਰਡਰ ਦੇ ਉੱਤੇ ਲੰਬੇ ਸਮੇਂ ਤੋਂ ਜਿਹੜਾ ਕਿਸਾਨੀ ਧਰਨਾ ਹੈ ਉਹ ਚੱਲ ਰਿਹਾ ਹੈ ਪੰਜਾਬ ਹਰਿਆਣਾ ਤੇ ਹੋਰ ਸਟੇਟਸ ਦੇ ਜਿਹੜੇ ਕਿਸਾਨ ਨੇ ਉਸ ਬਾਰਡਰ ਦੇ ਉੱਤੇ 10 ਮਹੀਨਿਆਂ ਤੋਂ ਬੈਠੇ ਨੇ ਔਰ ਉਸ ਨੂੰ ਖੁਲਵਾਉਣ ਦੇ ਲਈ ਦੋ ਜਿਹੜੇ ਸਥਾਨਕ ਸੋਨੀਪਤ ਦੇ ਨਿਵਾਸੀ ਨੇ ਉਹਨਾਂ ਨੇ ਪਟੀਸ਼ਨ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਪਾਈ ਸੀ ਕਿ ਜਿਹੜਾ ਰਸਤਾ ਖੁਲਵਾਇਆ ਜਾਵੇ ਕਿਉਂਕਿ ਭਾਰੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਕਰਨਾ ਪੈ ਰਿਹਾ ਆਵਾ ਚਾਹੀਦੇ ਲਈ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਨਕਾਰ ਕੀਤਾ ਹੈ ਔਰ ਇਹ ਕਿਹਾ ਕਿ ਹਾਈ ਕੋਰਟ ਤੱਕ ਤੁਸੀਂ ਜਾ ਸਕਦੇ ਹੋ ਤੇ ਦੂਜਾ ਇਹ ਵੀ ਕਿਹਾ ਗਿਆ ਕਿ ਜਾਂ ਤਾਂ ਰਸਤੇ ਨਵੇਂ ਬਣਾਓ ਤੇ ਜਾਂ ਫਿਰ ਰਸਤਾ ਖੁਲਵਾਓ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਗਈ ਹੈ ਕਮਲ ਇਹਦੇ ਵਿੱਚ ਪਹਿਲਾਂ ਵੀ ਕਈ ਪਟੀਸ਼ਨਾਂ ਜਿਹੜੀਆਂ ਸੁਪਰੀਮ ਕੋਰਟ ਵਿੱਚ ਜਿਹੜੀਆਂ ਪਈਆਂ ਜਾਂ ਇਹ ਤੱਕ ਪਟੀਸ਼ਨਾਂ ਜਿਹਨੂੰ ਆਪਾਂ ਪੀਆਈਐਲ ਕਹਿੰਦੇ ਆ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਸਪਰੀਮ ਕੋਰਟ ਪਹਿਲਾਂ ਹੀ ਇਹ ਡਿਸੀਜਨ ਦੇ ਚੁੱਕੀ ਆ ਕਿ ਧਰਨੇ ਮਜਾਰੇ ਰੋਸ ਪ੍ਰਦਰਸ਼ਨ ਕਰਨਾ ਹਾਂ ਕਨਸਟੀਟਿਊਸ਼ਨਲ ਰਾਈਟ ਹਾਂ ਉਹਨਾਂ ਦਾ ਸੰਵਿਧਾਨਕ ਹੱਕ ਆ ਕਿਸਾਨਾਂ ਦਾ ਤੇ ਇਹ ਵੀ ਕਹਿ ਚੁੱਕੀ ਆ ਕਿ ਜਦੋਂ ਕੋਈ ਤੋੜ-ਫੋੜ ਨਹੀਂ ਕਰਦਾ ਕਿਸੇ ਤਰ੍ਹਾਂ ਦੀ ਕੋਈ ਘਟਨਾ ਕਰ ਨਹੀਂ ਹੁੰਦੀ ਉਹ ਆਪਣਾ ਪ੍ਰੋਟੈਸਟ ਆ ਜਿਹੜੇ ਕਰ ਸਕਦੇ ਆ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਦੇਖਣਾ ਕਿ ਉਹਨਾਂ ਨੂੰ ਕਿਸ ਵੀ ਧਿਆਵਾਂ ਦੇਣੀ ਹੈ ਜਾਂ ਨਹੀਂ ਦੇਣੀ ਹੈ ਜਾਂ ਉਹ ਕਿੱਥੇ ਪ੍ਰੋਟੈਸਟ ਕਰ ਸਕਦੇ ਆ ਲੰਬੀ ਚੌੜੀ ਬਾਤ ਹੈ ਜਿਹੜੀ ਸੁਪਰੀਮ ਕੋਰਟ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਆਪਣੇ ਜਿਹੜੇ ਡਿਸੀਜਨ ਆ ਉਹ ਦੇ ਚੁੱਕੀ ਆ ਹੁਣ बार-बार ਕਈ ਨਾ ਕਈ ਜਿਹੜੀਆਂ ਪਟੀਸ਼ਨਾਂ ਉਹ ਪਾਈਆਂ ਜਾਂਦੀਆਂ ਕਿ ਇਹ ਇਹ ਤਾਂ ਇਹ ਜਾਂਦਾ ਕਿ ਜਿਹੜੀ ਸਰਕਾਰ ਆ ਉਹ ਆਪਣੇ ਬੰਦਿਆਂ ਰਹੀਂ ਭੌਂਦੀ ਆ ਹੁਣ ਇਹ ਬੰਦੇ ਕੌਣ ਤੇ ਕਿਵੇਂ ਤੇ ਹੋ ਸਕਦਾ ਵੀ ਕੋਈ ਜੈਨੂਇਨ ਬੰਦੇ ਵੀ ਹੋਣ ਉੱਥੇ ਜਿਹੜੇ ਉੱਥੇ ਪਟੀਸ਼ਨ ਪਾਉਣਗੇ ਨੇ ਤਾਂ ਇਹਨਾਂ ਦੇ ਪੋਟੀਸ਼ਨ ਵਿੱਚ ਇਸੇ ਕਰਕੇ ਹੁਣ ਜਿਹੜਾ ਸੁਪਰੀਮ ਕੋਰਟ ਥੋੜਾ ਸਖਤ ਹੋਇਆ ਕਿ ਇਹ ਸਰਵਾਈ ਨਹੀਂ ਕਰੇਗੀ ਕਿ ਜੇਕਰ ਤੁਸੀਂ ਜਾਣਾ ਹੈ ਤਾਂ ਥੱਲੇ ਜੜੀਆਂ ਅਦਾਲਤਾਂ ਖਾਸ ਕਰਕੇ ਜਿਹੜੇ ਉਹਨਾਂ ਨੇ ਹਾਈ ਕੋਰਟ ਦਾ ਹਵਾਲਾ ਦਿੱਤਾ ਸੁਪਰੀਮ ਕੋਰਟ ਨੇ ਕਿ ਥੱਲੇ ਹਾਈ ਕੋਰਟ ਹੈਗੇ ਆ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆ ਪ੍ਰੋਬਲਮ ਆ ਸਮੱਸਿਆ ਤਾਂ ਤੁਸੀਂ ਸਿੱਧਾ ਹਾਈ ਕੋਰਟ 'ਚ ਜਾਓ ਇਹਨਾਂ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਸਿੱਧਾ दखਾਲ ਨਹੀਂ ਦੇਵੇਗੀ ਉਹਨਾਂ ਨੇ ਉਦਾਹਰਨ ਦਿੱਤੀ ਵੀ ਇਹ ਕੱਲੂ ਕੇਰਲਾ ਤਾਵਾ ਲਾਡੂ ਕੋਈ ਹੋਰ ਸੂਬਿਆਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਉਹ ਉੱਥੇ ਤੇ ਜਿਹੜੇ ਵਸਿੰਦੇ ਨੇ ਜਾਂ ਪਟੀਸ਼ਨਰ ਨੇ ਉੱਥੇ ਦੀ ਹਾਈ ਕੋਰਟ ਵਿੱਚ ਜਾਣ ਦੀ ਬਜਾਏ ਸਿੱਧਾ ਸੁਪਰੀਮ ਕੋਰਟ ਵਿੱਚ ਆ ਜਾਣਗੇ ਇਹਦੇ ਨਾਲ ਜਿੱਥੇ ਸੁਪਰੀਮ ਕੋਰਟ ਦਾ ਜਿਹੜਾ ਕੰਮ ਆ ਉਹ ਇਫੈਕਟਡ ਹੋਵੇਗਾ ਤੇ ਦੂਜਾ ਜਿਹੜੀਆਂ ਥੱਲੜੀਆਂ ਅਦਾਲਤਾਂ ਉਹਨਾਂ ਦਾ ਕੰਮਕਾਰਾ ਜਿਹੜਾ ਉਹ ਵੀ ਪ੍ਰਭਾਵਿਤ ਹੋ ਸਕਦਾ ਇਸੇ ਕਰਕੇ ਉਹਨਾਂ ਨੇ ਕਹਿ ਕੇ ਜੇ ਤੁਹਾਨੂੰ ਕੁਝ ਲੱਗਦਾ ਹੈ ਕਿ ਇਹਦੇ ਵਿੱਚ ਹੋਣਾ ਚਾਹੀਦਾ ਤਾਂ ਤੁਸੀਂ ਆਪਣਾ ਹਾਈ ਕੋਰਟ ਆ ਜਿਹੜੀ ਉਹਦੇ ਕੋਲ ਪਹੁੰਚ ਕਰੋ ਜਾਂ ਕੇਂਦਰ ਸਰਕਾਰ ਕੋਲ ਪਹੁੰਚ ਕਰੋ ਜਾਂ ਸਟੇਟ ਸਰਕਾਰ ਆ ਜਿਹੜੀ ਉਹਦੇ ਕੋਲ ਪਹੁੰਚ ਕਰੋ ਦੇਖੋ ਰਸਤਾ ਜਿਹੜਾ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਇੱਕ ਪਾਸੇ ਤਾਂ ਉਹਨਾਂ ਨੇ ਖੋਲਿਆ ਹੋਇਆ ਜੇ ਰਸਤਾ ਬੰਦ ਕੀਤਾ ਹੋਇਆ ਉਹ ਸਰਕਾਰ ਨੇ ਕੀਤਾ ਹੋਇਆ ਤੁਸੀਂ ਤਾਂ ਉੱਥੇ ਖੁਦ ਜਾ ਕੇ ਦੇਖੀ ਬਿਲਕੁਲ ਕਈ ਵਾਰੀ ਤੁਸੀਂ ਉੱਥੇ ਤੁਸੀਂ ਜਾ ਕੇ ਆਏ ਤੁਸੀਂ ਦੇਖਿਆ ਉਹ ਤਾਂ ਇੱਕ ਪਾਸੇ ਬੈਠੇ ਨੇ ਇੱਕ ਰਸਤਾ ਤਾਂ ਉਹਨਾਂ ਨੇ ਖੋਲਿਆ ਹੋਇਆ ਜੇ ਪੱਕੀਆਂ ਰੋਕਾਂ ਲਾਈਆਂ ਸਿਮਟੀਆਂ ਵੱਡੀਆਂ-ਵੱਡੀਆਂ ਮੋਟੀਆਂ ਦੁਆਰਾਂ ਖੜੀਆਂ ਕੀਤੀਆਂ ਜਾਂ ਸਰਕਾਰ ਵੱਲੋਂ ਕੀਤੀਆਂ ਜਾਂ ਧਰਤੀ ਦੇ ਵਿੱਚ ਸੜਕ ਦੇ ਵਿੱਚ ਵੱਡੇ-ਵੱਡੇ ਕਿੱਲਾਂ ਲੋਹੇ ਦੀਆਂ ਠੋਕੀਆਂ ਗੱਡੀਆਂ ਜਾਂ ਕੋਈ ਰੋਕਾਂ ਲਾਈਆਂ ਉਹ ਸਰਕਾਰ ਵੱਲੋਂ ਲਾਈਆਂ ਗਈਆਂ ਦਿੱਲੀ ਪੁਲਿਸ ਵੱਲੋਂ ਲਾਈਆਂ ਗਈਆਂ ਉਹਦੇ ਵਿੱਚ ਕਿਸਾਨਾਂ ਦਾ ਕੋਈ ਰੋਲ ਨਹੀਂ ਕਿਸਾਨ ਤਾਂ ਆਪਣੇ ਧਰਨੇ 'ਤੇ ਪਰ ਬੈਠੇ ਨੇ ਪਿਛਲੇ 26 ਨਵੰਬਰ ਤੋਂ ਤੇ ਹੁਣ 26 ਨਵੰਬਰ ਤੋਂ ਜਦੋਂ ਬੈਠੇ ਨੇ ਸਾ 26 ਨਵੰਬਰ ਨੂੰ ਸਾਲ ਹੋ ਜਾਣਾ ਦੁਬਾਰਾ 9 ਮਹੀਨੇ ਤੇ ਉੱਪਰ ਜਿਹੜਾ ਸਮਾਂ ਉਹ ਹੋ ਚੁੱਕਿਆ ਇਸ ਕਰਕੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਉਸ ਸਾਰੇ ਮਾਮਲੇ ਨੂੰ ਕੇਂਦਰ ਸਰਕਾਰ ਸਟੇਟ ਸਰਕਾਰ ਜਾਂ ਪਟੀਸ਼ਨਰ ਹਾਈ ਕੋਰਟ ਚ ਜਾਵੇ ਇਹਦੇ 'ਚ ਦੇਖਣਾ ਕਿ ਇਸ ਮਸਲੇ ਨੂੰ ਕਿਵੇਂ ਸੁਲਝਾਉਣਾ ਹੈ ਦੇਖੋ ਕੋਈ ਵੀ ਮਸਲੇ ਹੁੰਦੇ ਆਪਾਂ ਪਹਿਲਾਂ ਵੀ ਕਈ ਵਾਰੀ ਡਿਸਕਸ ਕਰ ਚੁੱਕੇ ਆ ਜਦੋਂ ਤੁਸੀਂ ਟੇਬਲ ਟਾਕਿੰਗ ਕਰੋਗੇ ਟੇਬਲ ਤੇ ਬੈਠੋਗੇ ਸੰਵਾਦ ਕਰੋਗੇ ਗੱਲਬਾਤ ਕਰੋਗੇ ਤਾਂ ਸਮੱਸਿਆਵਾਂ ਦੇ ਜਿਹੜੇ ਵੱਡੀਆਂ-ਵੱਡੀਆਂ ਸਮੱਸਿਆਵਾਂ ਦੇ ਮਸਲੇ ਹੱਲ ਹੋ ਜਾਂਦੇ ਆ ਇਸ ਮਾਮਲੇ ਦੇ ਵਿੱਚ ਕਿਸਾਨ ਪਹਿਲਾਂ ਹੀ ਆਪਣੀਆਂ ਚਿੱਠੀਆਂ ਲਿਖ ਚੁੱਕੇ ਆ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਜਿਹੜੀ ਪਹਿਲ ਕਦਮੀਆਂ ਉਹ ਕਰਨੀ ਪਵੇਗੀ ਖੇਤੀਬਾੜੀ ਮੰਤਰੀ ਜਿਹੜੇ ਕੇਂਦਰੀ ਉਨਾ ਨੂੰ ਪਹਿਲ ਕਦਮੀ ਕਰਨੀ ਪਵੇਗੀ ਜੇ ਪਹਿਲ ਕਦਮੀ ਕਰਨਗੇ ਤਾਂ ਸਮੱਸਿਆ ਦਾ ਜਿਹੜਾ ਹੱਲ ਆ ਉਹ ਹੋਵੇਗਾ ਹੁਣ ਰਹੀ ਗੱਲ ਵੀ ਸਿੰਘੂ ਬਾਰਡਰ ਦੇ ਜਿਹੜੇ ਸੋਨੀਪੱਤ ਦੇ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਇੱਕੋ ਰਸਤਾ ਇੱਕੋ ਰਸਤਾ ਤਾਂ ਹੈ ਨਹੀਂ ਰਸਤਾ ਉੱਥੇ ਹੋਰ ਵੀ ਕਈ ਆਲਟਰਨੇਟਿਵ ਸਪੌਟ ਹੁੰਦੇ ਆ ਮੌਕੇ ਦੇ ਕਈ ਰਸਤੇ ਉੱਥੇ ਹੈਗੇ ਆ ਜਿਹੜੇ ਦਿੱਲੀ ਜਾਣ ਵਾਸਤੇ ਆ ਇਹ ਤਾਂ ਹੁਣ ਤੁਸੀਂ ਉੱਥੇ ਬਹਾਨਾ ਬਣਾਇਆ ਠੀਕ ਹੈ ਕਿ ਉਹ ਮੇਨ ਰਸਤਾ ਹੈ ਬਕਾਇਦਾ ਗਾਈਡੈਂਸ ਲਈ ਉੱਥੇ ਖੜੇ ਨੇ ਕਿ ਸਿੱਧਾ ਨਹੀਂ ਜਾ ਸਕਦੇ ਤੁਸੀਂ ਔਰ ਆਲਟਰਨੇਟਿਵਲੀ ਜਾ ਸਕਦੇ ਬਿਲਕੁਲ ਤਾਂ ਉੱਥੇ ਹੈ ਪਰ ਇਹਦੇ ਮਾਮਲੇ 'ਚ ਕਿਤਨਾ ਕਿਤੇ ਸੁਪਰੀਮ ਕੋਰਟ ਦਾ ਜਿਹੜਾ ਰਵਈਆ ਜਾਂ ਉਹਦਾ ਜਿਹੜਾ ਫੈਸਲਾ ਕਾਫੀ ਹੱਦ ਤੱਕ ਠੀਕ ਆ ਅਦਾਲਤਾਂ ਨੂੰ ਆਪਣੀ ਜਿਹੜੀ ਦਖਲਅੰਦਾਜ਼ੀ ਆ ਜਾਂ ਜਿਹੜੇ ਫੈਸਲੇ ਆ ਉਹ ਬਹੁਤ ਸਖਤ ਜਿਹੜੇ ਲੈਣੇ ਪਾੜਾਂਗੇ ਲੋਕੀਤ ਵਿੱਚ ਹੁਣ ਸੁਪਰੀਮ ਕੋਰਟ ਦਾ ਇੱਕ ਹੋਰ ਫੈਸਲਾ ਵੀ ਆਇਆ ਉਹਨੇ ਕੇਂਦਰ ਸਰਕਾਰ ਨੂੰ ਝਾੜ-ਚੰਬ ਕੀਤੀ ਆ ਕਿ ਜਿਹੜੇ ਟ੍ਰਿਬਿਊਨਲ ਨੇ ਉਹ ਉਹ ਉਹਨਾਂ ਦੇ ਵਿੱਚ ਇੱਕ ਇੱਕ ਜਾਂ ਦੋ ਦੋ ਮੈਂਬਰ ਹੈਗੇ ਉਹਨਾਂ ਦੇ ਵਿੱਚ ਬਹੁਤ ਗਿਣਤੀ ਘਟੀ ਹੋਈ ਆ ਕਿ ਤੁਸੀਂ ਕਿਉਂ ਨਹੀਂ ਜਿਹੜੇ ਟ੍ਰਿਬਿਊਨਲ ਦੇ ਮੈਂਬਰ ਆ ਉਹਨਾਂ ਦੀ ਭਰਤੀ ਕੀਤੀ ਜਾ ਰਹੀ ਉਹਨਾਂ ਨੂੰ ਕਿਉਂ ਨਹੀਂ ਨਿਯੁਕਤੀ ਕੀਤੀ ਜਾ ਰਹੀ ਉਹਦੇ ਵਿੱਚ ਵੀ ਸਰਕਾਰ ਆ ਜਿਹੜੀ ਬਾਰ ਬਾਰ ਸਵਾਲ ਮੰਗੀ ਜਾ ਰਿਹਾ ਉਹਦੇ ਵਿੱਚ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਾਫੀ ਸਖਤੀ ਆ ਜਿਹੜੀ ਵਰਤੀ ਆ ਕੇਂਦਰ ਸਰਕਾਰ ਨੂੰ ਝਾੜਚੰਬ ਕੀਤੀ ਹੈ ਕਿ ਇਸ ਮਾਮਲੇ ਵਿੱਚ ਨੋਟਿਸ ਆ ਜਿਹੜਾ ਕੀਤਾ ਜਾਵੇ ਇੱਥੇ ਪਹਿਲਾਂ ਵੀ ਸੁਪਰੀਮ ਕੋਰਟ ਦੇ ਦੋ ਤਿੰਨ ਇੱਕ ਡਿਸੀਜਨ ਆਇਆ ਜਿਹਦੇ ਵਿੱਚ ਭਾਰਤ ਸਰਕਾਰ ਵੱਲੋਂ ਜਿਹੜੇ ਲੋਕ ਪ੍ਰੋਟੈਸਟ ਕਰਦੇ ਸੀਗੇ ਮੋਦੀ ਸਰਕਾਰ ਦੇ ਖਿਲਾਫ ਸੀਏ ਦੇ ਖਿਲਾਫ ਜੋਗੀ ਦੇ ਆਪਣੇ ਅਦਿੱਤਿਆਨਾਥ ਦੇ ਖਿਲਾਫ ਜਿੰਦੇ ਖਿਲਾਫ ਉਹਨਾਂ ਨੇ ਦੇਸ਼ ਧਰੋਹੀ ਦੇ ਪਰਚੇ ਦਰਜ ਕੀਤੇ ਗਿਆ ਉਸ ਮਾਮਲੇ ਵਿੱਚ ਵੀ ਸੁਪਰੀਮ ਕੋਰਟ ਦੀਆਂ ਜਿਹੜੀਆਂ ਡਿਸੀਜਨ ਆਈਆਂ ਕਿ ਪ੍ਰੋਟੈਸਟ ਕਰਨਾ ਬੰਦਿਆਂ ਦਾ ਰਾਈਟ ਹੈ ਤੁਸੀਂ ਹਰ ਇੱਕ ਨੂੰ ਦੇਸ਼ਧ్రోਹ ਆ ਜਿਹੜਾ ਮਾਮਲੇ ਨਹੀਂ ਦਰਜ ਕੀਤੇ ਜਾਂਦੇ ਇਹ ਅੰਗਰੇਜ਼ਾਂ ਦਾ ਜਿਹੜਾ ਕਾਨੂੰਨ ਆ ਉਦੋਂ ਦਾ ਬਣਾਇਆ ਹੋਇਆ ਇਹਨੂੰ ਹੁਣ ਤੱਕ ਰੱਦ ਕਿਉਂ ਨਹੀਂ ਕਰਦੇ ਇਹ ਆਪਣੇ ਆਪ ਦੇ ਵਿੱਚ ਜਿਹੜੀਆਂ ਸੁਪਰੀਮ ਕੋਰਟ ਦੀਆਂ ਤਲਖ ਟਿੱਪਣੀਆਂ ਉਹ ਕਿਤਨਾ ਕੀਤੇ ਸਰਕਾਰ ਨੂੰ ਸਟੇਟ ਨੂੰ ਸ਼ੀਸ਼ਾ ਦਿਖਾਉਣ ਵਾਲੀਆਂ ਨੇ ਕਿ ਕਿਤਨਾ ਕੀਤੇ ਹੁਣ ਵੀ ਸਾਡੇ ਜਿਹੜੇ ਅਫਸਰ ਨੇ ਖਾਸ ਕਰਕੇ ਪੁਲਿਸ ਅਫਸਰ ਨੇ ਜਿਹੜੇ ਉਹ ਆਪਣੇ ਸਿਆਸੀ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਸਰਕਾਰਾਂ ਨੂੰ ਖੁਸ਼ ਕਰਨ ਵਾਸਤੇ ਜਿਹੜੀ ਗਲਤ ਢੰਗ ਨਾਲ ਜਿਹੜੀ ਕੇਸਾਂ ਦੀ ਪੈਰਵਾਈ ਕਰਦੇ ਨੇ ਮਾਮਲੇ ਝੂਠੇ ਦਰਜ ਕਰਦੇ ਨੇ ਇੱਕ ਵਾਰੀ ਬੰਦਾ ਉਲਝ ਜਾਂਦਾ ਹੈ ਜਦੋਂ ਉਹਦੇ மே ਪਰਚਾ ਦਰਜ ਹੁੰਦਾ ਉਹਨੂੰ 6 ਮਹੀਨੇ 7 ਮਹੀਨੇ ਸਾਲ ਤੱਕ ਦਾ ਸਮਾਂ ਦੁਬਾਰਾ ਲੈਣ ਪਰ ਆਉਣ ਨੂੰ ਲੱਜਾਂਦਾ ਇਸੇ ਕਰਕੇ ਜਿਹੜੀ ਪੁਲਸ ਆ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਇੱਕ ਵਾਰੀ ਗਲਜਾ ਦਿਓ ਦੂਜੇ ਪਾਸੇ ਸਰਕਾਰਾਂ ਨੂੰ ਵੀ ਪਤਾ ਹੁੰਦਾ ਵੀ ਇੱਕ ਵਾਰੀ ਗਲਜਾ ਦਿਓ ਇਹਨੂੰ ਡੀਰੇਲ ਕਰੋ ਮਾਮਲੇ ਨੂੰ ਲੋ ਜਾਓ ਉੱਤੇ ਬਾਅਦ ਦੇਖ ਜਾਵਾਂ ਵੀ ਕਿਤੇ ਨਾ ਕਿਤੇ ਫੈਸਲਾ ਜਾ ਸਮਝੌਤਾ ਕੁਝ ਵੀ ਹੋਵੇਗਾ ਇਸ ਮਾਮਲੇ ਦੇ ਵਿੱਚ ਕਿਤਨਾ ਨ ਕੀਤੇ ਮੈਨੂੰ ਲੱਗਦਾ ਜਿਹੜੀਆਂ ਅਦਾਲਤਾਂ ਉਹਨਾਂ ਨੂੰ ਇਹ ਵੀ ਸ਼ਕਤੀ ਹੁਣ ਕਰਨੀ ਪਵੇਗੀ ਕਿ ਜਿਹੜਾ ਅਧਿਕਾਰੀ ਪੁਲਿਸ ਦਾ ਅਧਿਕਾਰੀ ਜਾਂ ਸਿਵਲ ਦਾ ਅਧਿਕਾਰੀ ਜਾਂ ਕੋਈ ਵੀ ਅਧਿਕਾਰੀ ਆ ਉਹ ਕਾਨੂੰਨ ਤੋਂ ਹਟ ਕੇ ਗਲਤ ਫੈਸਲੇ ਲੈਂਦਾ ਜਾਣ ਬੁੱਝ ਕੇ ਗਲਤ ਫੈਸਲੇ ਲੈਂਦਾ ਮੈਨੂੰ ਲੱਗਦਾ ਉਹਨਾਂ ਦੇ ਖਿਲਾਫ ਵੀ ਜਿਹੜੀਆਂ ਅਦਾਲਤਾਂ ਨੂੰ ਸਖਤ ਰੁਖਾ ਜਿਹੜਾ ਅਪਣਾਉਣਾ ਪਵੇਗਾ ਤਾਂ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਜਿਹੜਾ ਅਦਾਲਤਾਂ ਦੇ ਵਿੱਚ ਬੋਝ ਆ ਜਾਂ ਡੀਸੀ ਦਫ਼ਤਰਾਂ ਦੇ ਜਿਹੜੀਆਂ ਹੋਰ ਸਿਵਲ ਦੀਆਂ ਅਦਾਲਤਾਂ ਉਹਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਅਦਾਲਤਾਂ ਦਾ ਬੋਝ ਆ ਉਹ ਘਟ ਸਕਦਾ ਹੈ ਅਦਾਲਤਾਂ ਨੂੰ ਆਪਣਾ ਬੋਝ ਘਟਾਉਣ ਵਾਸਤੇ ਜਿਹੜੇ ਸਖਤ ਫੈਸਲੇ ਆ ਉਹ ਲੈਣੇ ਪੈਣਗੇ ਖਾਸ ਕਰਕੇ ਪੁਲਿਸ ਦੇ ਜਿਹੜੇ ਨਾਲ ਸੰਬੰਧਿਤ ਜਿਹੜੇ ਮਾਮਲੇ ਆ ਅਸਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸਲਾਹਕਾਰ ਨੇ ਬੜੇ ਚਰਚਾ ਦੇ ਵਿੱਚ ਛਾਏ ਰਹਿੰਦੇ ਨੇ ਮਾਲਵਿੰਦਰ ਮਾਲੀ ਦੀ ਗੱਲ ਕਰੀਏ ਹਾਲਾਂਕਿ ਉਹ ਅਸਤੀਫਾ ਦੇ ਚੁੱਕੇ ਨੇ ਆਪਣੇ ਅਹੁਦੇ ਦੇ ਉੱਤੋਂ ਉਹਨਾਂ ਦੀ ਬਿਆਨਬਾਜ਼ੀ ਵੀ ਬੜੀ ਚਰਚਾ ਦਾ ਕੀ ਵਿਵਾਦ ਦਾ ਵਿਸ਼ਾ ਬਣ ਗਈ ਤੇ ਦੂਜੇ ਪਾਸੇ ਹੁਣ ਡਾਕਟਰ ਪਿਆਰੇ لال ਗਰਗ ਵੀ ਬੜੀ ਤਿੱਖੀ ਜਿਹੜੀ ਬਿਆਨਬਾਜ਼ੀ ਉਹ ਵੀ ਕਰਦੇ ਨਜ਼ਰ ਆ ਰਹੇ ਨੇ ਕਿਤੇ ਉਹ ਵੀ ਛੇਤੀ ਅਸਤੀਫਾ ਦੇਣ ਵਾਲੇ ਤਾਂ ਨਹੀਂ ਹੈਗੇ ਜਿਸ ਤਰੀਕੇ ਦੀ ਬਿਆਨਬਾਜ਼ੀ ਉਹਨਾਂ ਨੇ ਕੀਤੀ ਜਾ ਰਹੀ ਹੈ ਔਰ ਵਿਵਾਦ ਹੋ ਸਕਦਾ ਹੈ ਉਹਨਾਂ ਦੇ ਬਿਆਨ ਦੇਖੋ ਕਮਲ ਜਿਹੜੀ ਤੁਸੀਂ ਡਾਕਟਰ ਪਿਆ ਕੀਤੀ ਆ ਅਸੀਫਾ ਦੇਣ ਨੂੰ ਆਏ ਉਹ ਤਾਂ ਇੱਕ ਮਿੰਟ ਚ ਦੇ ਦੇਣਗੇ ਉਹ ਜਿੰਨੇ ਕੋਰੇ ਹਮ ਅਮਨ ਪਸੰਦ ਇਨਸਾਫ ਪਸੰਦ ਹਮ ਇਮਾਨਦਾਰ ਗੱਲ ਨੂੰ ਮੂੰਹ ਪਰ ਐਣ ਸਿੱਧੀ ਕਹਿਣ ਵਾਲੇ ਆਗੂ ਨੇ ਹਮ ਬਹੁਤ ਵਧੀਆ ਉਹਨਾਂ ਦੀ ਆਪਾਂ ਕਹਿ ਸਕਦੇ ਆ ਨੇਚਰ ਆ ਹਮ ਤੇ ਉਹ ਹਰ ਸਮ ਗੱਲ ਸਮੇ ਉਹ ਇਨਸਾਨੀਅਤ ਦੀ ਗੱਲ ਕਰਦੇ ਨੇ ਭਾਵੇਂ ਕਿ ਉਹ ਇੱਕ ਦੇਖੋ ਗਰਗ ਪਰਿਵਾਰ ਨਾਲ ਸੰਬੰਧਤ ਆ ਜਿਹਨੂੰ ਆਪਾਂ ਪੰਜਾਬੀ ਦੇ ਚ ਬਾਣੀਆ ਪਰਿਵਾਰ ਨਾਲ ਗੱਲ ਕਹਿੰਦੇ ਆ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਪਰ ਜਿਸ ਢੰਗ ਨਾਲ ਉਹਨਾਂ ਨੂੰ ਗੁਰਬਾਣੀ ਦੀ ਜਿਹੜੀ ਕੰਠਾ ਜਾਂ ਗੁਰਬਾਣੀ ਦੀਆਂ ਆ ਤੁਕਾਂ ਆ ਪੜ੍ਹ ਕੇ ਉਹ ਸਬੋਧਨ ਕਰਦੇ ਨੇ ਉਹ ਆਪਣੇ ਆਪ ਦੇ ਵਿੱਚ ਬਾ ਕਮਾਲ ਨੇ ਜਿੰਨੀ ਵਾਰ ਵੀ ਉਹਨਾਂ ਨੂੰ ਕਿਤੇ ਬੋਲਣ ਦਾ ਜਾਂ ਸੁਣਨ ਦਾ ਮੌਕਾ ਮਿਲ ਲਿਆ ਉਹ ਹਮੇਸ਼ਾ ਗੱਲ ਜਿਹੜੀ ਕਰਨਗੇ ਉਹ ਸੱਚੀ ਤੇ ਬਿਲਕੁਲ ਜਿਹੜੀ ਪਬਲਿਕ ਇੰਟਰਸਟ ਦੀ ਗੱਲ ਹੋਵੇਗੀ ਜਿਆਜ ਹੋਵੇਗੀ ਉਹ ਗੱਲ ਕਰਨਗੇ ਹੁਣ ਅਸੀਫਾ ਦੇਣ ਨੂੰ ਤਾਂ ਉਹਨਾਂ ਨੇ ਪਹਿਲਾਂ ਗੱਲ ਕਹੀ ਹੋਈ ਆ ਕਿ ਮੈਨੂੰ ਨਾ ਕੋਈ ਨਿਯੁਕਤੀ ਪੱਤਰ ਮਿਲਿਆ ਨਾ ਉਹਨਾਂ ਨੇ ਕਾਂਗਰਸ ਭਵਨ ਦੇ ਵਿੱਚ ਬੈਠਣਾ ਨਾ ਉਹ ਕਾਂਗਰਸ ਭਵਨ ਦੇ ਵਿੱਚ ਪੱਕਾ ਤੌਰ ਤੇ ਬੈਠ ਸਕਦੇ ਨਹੀਂ ਹਾਂ ਜਿਵੇਂ ਤੂੰ ਨਵਜੋਤ ਸਿੱਧੂ ਸਲਾਹ ਮੰਗਣਗੇ ਤਾਂ ਉਹ ਸਲਾਹ ਦੇ ਦੇਣਗੇ ਹਾਂ ਜੇ ਕੋਈ ਉਹਨਾਂ ਨੇ ਕੋਈ ਮੀਟਿੰਗ ਕੀਤੀ ਜਿੱਥੇ ਬੁਲਾਉਣਗੇ ਤਾਂ ਉਹ ਮੀਟਿੰਗ 'ਚ ਜਾ ਕੇ ਆਪਣੀ ਸਲਾਹ ਦੇਣਗੇ ਤੇ ਉਪਰ ਹੋਰ ਕੁਝ ਨਹੀਂ ਕਰਨਗੇ ਹੁਣ ਉਸ ਮਾਮਲੇ ਦੇ ਵਿੱਚ ਕਿਸੇ ਪੱਤਰਕਾਰ ਭਾਈਚਾਰੇ ਨੇ ਪੁੱਛ ਲਿਆ ਹੋਣਾ ਕਿ ਇਹ ਜਿਹੜਾ ਫੈਸਲਾ ਸੌਰੀ ਵਿਪ ਜਾਰੀ ਕੀਤਾ ਹੈ ਕਿ ਇਹਦੇ ਬਾਰੇ ਤੁਹਾਡੀ ਕੀ ਰਾਏ ਆ ਤਾ ਦੇਖੋ ਇਹ ਗੱਲ ਤਾਂ ਸਾਨੂੰ ਵੀ ਕਿੰਨੇ ਸਾਲ ਹੋ ਗਏ ਵਿਧਾਨ ਸਭਾ ਕਵਰ ਕਰਦਿਆਂ ਨੂੰ ਕਦੇ ਬਿਪ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਸਰਕਾਰ ਨੂੰ ਇਹ ਲੱਗਦਾ ਕਿ ਹੁਣ ਕਿਸੇ ਮਤੇ ਪਰ VOTING ਦੀ ਜ਼ਰੂਰਤ ਪੈ ਸਕਦੀ ਹੈ ਉਦੋਂ ਬਿਪ ਜਾਰੀ ਕੀਤਾ ਜਾ ਰਿਹਾ ਹੁਣ ਜਦੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੂਰਵ ਨੂੰ ਸਮਰਪਿਤ ਤੁਸੀਂ ਇੱਕ ਦਿਨਾ ਵਿਸ਼ੇਸ਼ ਇਜਲਾਸ ਬੁਲਾ ਰਹੇ ਆ ਤਾਂ ਤੁਹਾਨੂੰ ਕੀ ਜ਼ਰੂਰਤ ਪੈ ਗਈ ਕਿ ਤੁਸੀਂ ਬਿਪ ਜਾਰੀ ਕਰਦੇ ਇਹਦਾ ਮਤਲਬ ਕਿਤਨਾ ਕਿਤੇ ਸਰਕਾਰ ਨੂੰ ਕੋਈ ਡਰ ਸੀਗਾ ਕਿ ਉਹਨਾਂ ਦੇ ਖਿਲਾਫ ਉੱਥੇ ਕੋਈ ਨਾ ਕੋਈ ਜਿਹੜੀ ਅਜਿਹੀ ਘਟਨਾਕਰਮ ਵਾਪਰ ਸਕਦਾ ਹੈ ਜਿਸ ਦੇ ਨਾਲ ਸਰਕਾਰ ਦੀ ੇਠੀ ਹੋ ਸਕਦੀ ਹੈ ਸਰਕਾਰ ਨੂੰ ਸ਼ਰਮਿੰਦੀ ਵੀ ਦਾ ਸਾਹਮਣਾ ਕਰਨਾ ਪੈਦਾ ਹਾਲਾਂਕਿ ਵਿਸ਼ੇਸ਼ اجلاس ਸੀਗਾ ਵਿਸ਼ੇਸ਼ اجلاس ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੋਟਸ ਕੋਈ ਆ ਨਹੀਂ ਤਾ ਸਕਦਾ ਹੈਗਾ ਉੱਥੇ ਤਾਂ ਉਹਦੇ ਵਿੱਚ ਗੁਰੂ ਸਾਹਿਬ ਦੇ ਜਿਹੜੀਆਂ ਜੀਵਨ ਵਾਲੇ ਜਿਹੜੇ ਫਲਸਫੇ ਦੇ ਬਾਰੇ ਜੋ ਜਿਹੜੇ ਉੱਥੇ ਮਹਿਮਾਨ ਆਏ ਤੇ ਉਹਨਾਂ ਨੇ ਉਹਦੇ ਉੱਪਰ ਪਰਚੇ ਪੜਨ ਦੇ ਜਾਂ ਜਾਣਕਾਰੀ ਦੇਣੀ ਸੀ ਜਦੋਂ ਉੱਥੇ ਸੰਵਿਧਾਨਿਕ ਕੰਮ ਹੋਏ ਨਹੀਂ ਤਾਂ ਜਦੋਂ ਤੁਸੀਂ ਕਾਰਜ ਪ੍ਰਣਾਲੀ ਦੂਜੀ ਚੱਲਣੀ ਹੋਈ ਸੀ ਪ੍ਰਾਈਵੇਟ ਬਿਜ਼ਨਸ ਹੋਣਾ ਨਹੀਂ ਤਾਂ ਜਾਂ ਤੁਹਾਡੇ ਕੋਲ ਬਿਜ਼ਨਸ ਨਹੀਂ ਤਾਂ ਹੈਗਾ ਫਿਰ ਤੁਹਾਨੂੰ ਵਿਪ ਜਾਰੀ ਕਰਨ ਦੀ ਕੀ ਲੋੜ ਪੈ ਗਈ ਕਿਤਨਾ ਕਿਤੇ ਇਹ ਸਾਰੀਆਂ ਗੱਲਾਂ ਇਹ ਜਾਰੀ ਕਰਦੀਆਂ ਕਿ ਸਰਕਾਰ ਦੇ ਅੰਦਰ ਇੱਕ ਡਰ ਪਿਆ ਹੋਇਆ ਤੇ ਦੂਜੀ ਗੱਲ ਇਹ ਜਿਹੜੀ ਕਰਗੋਹਰਾਂ ਨੇ ਗੱਲ ਕੀਤੀ ਹੈ ਕਿ ਧਾਰਮਿਕ ਮਰਿਆਦਾ ਜਿਹੜੀ ਉਹ ਖੁੱਲੀ ਹੁੰਦੀ ਆ ਕਿਸੇ ਨੇ ਵਿਚਾਰ ਸੁਣਨੇ ਕਿਸੇ ਨੇ ਨਹੀਂ ਸੁਣਨੇ ਠੀਕ ਆ ਵੀ ਤੁਸੀਂ ਇਹ ਕਿਸੇ ਪਰ ਪਬੰਦੀ ਕਿਉਂ ਲਾ ਰਹੇ ਆ ਤੁਸੀਂ ਜ਼ਬਰਦਸਤੀ ਕਿਉਂ ਠੋਕ ਰਹੇ ਆ ਵੀ ਤੁਸੀਂ ਉੱਥੇ ਜ਼ਰੂਰ ਪਹੁੰਚੋ ਕੱਲ ਨੂੰ ਇਹੀ ਗੱਲ ਜਦੋਂ ਕੋਈ ਆ ਹੋਰ ਪੋਲਿਟੀਕਲ ਪਾਰਟੀ ਜਾਂ ਤੁਸੀਂ ਕਿਸੇ ਧਰਮ ਵਿਸ਼ੇਸ਼ ਨਾਲ ਸੰਬੰਧਿਤ ਲੋਕ ਵਿਧਾਨ ਸਭਾ ਵਿੱਚ ਅਜਿਹੀਆਂ ਗੱਲਾਂ ਕਰਨਗੇ ਫਿਰ ਤੁਸੀਂ ਉਹਨਾਂ ਦੀ ਕਿਵੇਂ ਆਲੋਚਨਾ ਕਰ ਸਕਦੇ ਆ ਤੁਹਾਡੇ ਜਾ ਦੂੰਗਾ ਆਪਣੇ ਗਵਾਂਡੀ ਸੁਪ ਵਿਧਾਨ ਪੰਜਾਬ ਵਿਧਾਨ ਸਭਾ ਦੇ ਨਾਲੇ ਅੰਦਰਲੀ ਬਿਲਡਿੰਗ ਇੱਕ ਪਾਸੇ ਆ ਜਿਹੜੀ ਉਹ ਹਰਿਆਣੇ ਦੀ ਬਿਲਡਿੰਗ ਆ ਉੱਥੇ ਵੀ ਉਹਨਾਂ ਨੇ ਸਪੈਸ਼ਲ ਸੈਸ਼ਨ ਦੇ ਵਿੱਚ ਸੈਸ਼ਨ ਚੱਲਦੇ ਦੇ ਵਿੱਚ ਇੱਕ 파ਟ ਜਿਹੜਾ ਬੈਠਕ ਤੀ ਉਹ ਆਪਣੇ ਪ੍ਰਸਿੱਧ ਜਿਹੜੇ ਜੈਨ ਮੁਨੀ ਆ ਉਹਨਾਂ ਨੂੰ ਬੁਲਾਇਆ ਸੀਗਾ ਜਿਹੜੇ ਅਕਸਰ ਬਿਨਾ ਕੱਪੜਿਆਂ ਤੋਂ ਉੱਥੇ ਆਉਂਦੇ ਆ ਕੁਝ ਕੁ ਲੋਕਾਂ ਨੇ ਉਹਨਾਂ ਦੀ ਉੱਥੇ ਅਲੋਚਨਾ ਕੀਤੀ ਸੀਗੀ ਪੰਜਾਬ ਦੇ ਨੇ ਵੀ ਕੀਤੀ ਕਿ ਉਹ ਵਿਧਾਨ ਸਭਾ ਦੇ ਵਿੱਚ ਅਜਿਹਾ ਨਹੀਂ ਆ ਦੇਖੋ ਵਿਧਾਨ ਸਭਾ ਪਵਿੱਤਰ ਮੰਦਿਰ ਆ ਜੇ ਕੋਈ ਗੁਰੂ ਪੀਰ ਪੈਗੰਬਰ ਦੇ ਬਾਰੇ ਉੱਥੇ ਉਹਨਾਂ ਦੀ ਯਾਦ ਕੀਤਾ ਜਾਂਦਾ ਹੈ ਕੋਈ ਗੱਲ ਨਹੀਂ ਪਰ ਤੁਸੀਂ ਉਸ ਸੈਸ਼ਨ ਦੇ ਵਿੱਚ ਸਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਕਰਾਉਣ ਦੀ ਬਜਾਏ ਜੇ ਉਹਨਾਂ ਨੇ ਕੁਝ ਕਰਨਾ ਸੀਗਾ ਤਾਂ ਉਹਦੀ ਗੁਰੂ ਸਾਹਿਬ ਬਾਰੇ ਇੱਕ ਦਿਨ ਦੀ ਦੋ ਦਿਨ ਦੀ ਜਿਹੜੀ ਚਰਚਾ ਹੈ ਜਾਂ ਸੈਮੀਨਾਰ ਆ ਉਹ ਕਿਤੇ ਹੋਰ ਥਾਂ ਤੇ ਵੀ ਕਰਵਾਈ ਜਾ ਸਕਦੀ ਸੀਗੀ ਹੋਰ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਸੀਗੀ ਬਹੁਤ ਵੱਡੇ ਵੱਡੇ ਹਾਲ ਨੇ ਸਟੇਡੀਅਮ ਨੇ ਜਿੱਥੇ ਸਰਕਾਰ ਵੱਡਾ ਪ੍ਰਬੰਧਕ ਕਰਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਮਸਲੇ ਆ ਜਿਹੜੇ ਉਹ ਵਿਚਾਰਨ ਵਾਸਤੇ ਹੁੰਦੇ ਆ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਦੇ ਉੱਪਰ ਹੱਲ ਕਰਨ ਦੀ ਗੱਲ ਹੁੰਦੀ ਆ 6 ਮਹੀਨੇ ਦਾ ਸੈਸ਼ਨ ਆ ਜਿਹੜਾ ਉਹ ਡਿਊ ਪਿਆ ਸਾਰੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਦੀ ਆਪਣੀ ਪਾਰਟੀ ਆ ਜਿਹੜੀ ਕਾਂਗਰਸ ਉਹ ਵੀ ਵਾਰ-ਵਾਰ ਮੰਗ ਕਰਦੇ ਆ ਕਿ ਸ਼ੈਸ਼ ਨੂੰ ਬੁਲਾਓ ਸ਼ੈਸ਼ ਨੂੰ ਬੁਲਾਓ ਲੋਕਾਂ ਦੇ ਮਸਲੇ ਹੱਲੋ ਉਸ ਪਾਸੇ ਨੂੰ ਸਰਕਾਰ ਆ ਜਿਹੜੀ ਜਾ ਨਹੀਂ ਰਹੀ ਇੱਕ ਦਿਨ ਦਾ ਵਿਸ਼ੇਸ਼ اجلاس ਲਾ ਕੇ ਸਰਕਾਰ ਸਾਬਤ ਕਿਆ ਕਰਨਾ ਚਾਹੁੰਦੀ ਆ ਇਹ ਗੱਲ ਆ ਜਿਹੜੀ ਗਰਗ ਸਾਹਿਬ ਹੋਰਾਂ ਨੇ ਕੀਤੀ ਆ ਕਿ ਸਰਕਾਰ ਨੂੰ ਹੁਣ ਧਾਰਮਿਕ ਜਿਹੜੀ ਪ੍ਰੋਗਰਾਮ ਕੀਤੇ ਜਾਣਗੇ ਉੱਥੇ ਵੀ ਵਿਪਤ ਲਾਉਣੇ ਪੈਣਗੇ ਇਸ ਕਰਕੇ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਗਰਗ ਸਾਹਿਬ ਉਹਨਾਂ ਨੇ ਉਹਨਾਂ ਨੇ ਬਿਲਕੁਲ ਪਤੇ ਦੀ ਸਹੀ ਤੇ ਸਟੀਕ ਗੱਲ ਕੀਤੀ ਆ ਸਰਕਾਰਾਂ ਨੂੰ ਜਿਹੜੀਆਂ ਵਿਧਾਨ ਸਭਾਵਾਂ ਹੈ ਉਹਨਾਂ ਨੂੰ ਧਾਰਮਿਕ ਅਖਾਰੇ ਬਣਾਉਣ ਤੋਂ ਬਚਣਾ ਚਾਹੀਦਾ ਹੈ। ਹੂੰ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਹ ਸੰਸਾਣ ਸਾਡੇ ਨਾਲ ਸੀਨੀਅਰ ਪੱਤਰਕਾਰ ਜਯਾ ਸਿੰਘ ਛੱਬਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਸੁਮੇਤ ਸੈਣੀ ਨੂੰ ਇੱਕ ਵਾਰੀ ਫੇਰ ਤੋਂ ਜਿਹੜਾ ਨੋਟਿਸ ਹੈ ਅਦਾਲਤ ਦੇ ਵੱਲੋਂ ਉਹ ਭੇਜਿਆ ਗਿਆ ਕਿਉਂਕਿ ਪਿਛਲੀ ਵਾਰੀ ਜਾਂਚ ਦੇ ਵਿੱਚ ਉਹ ਸ਼ਾਮਿਲ ਨਹੀਂ ਹੋਏ ਔਰ ਦੁਬਾਰਾ ਫੇਰ ਪੁਛ ਪੜਤਾਲ ਦੇ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਜਿਹੜਾ ਹੈ ਸੁਮੇਤ ਸੈਣੀ ਨੂੰ ਦਿੱਤਾ ਗਿਆ ਔਰ ਨਾਲ ਹੀ ਗੱਲਬਾਤ ਕੀਤੀ ਹੈ ਕਿ ਸਿੰਗੂ ਬਾਰਡਰ ਜਿੱਥੇ ਕਿ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਚੱਲ ਰਿਹਾ ਉਸ ਬਾਰਡਰ ਨੂੰ ਖੁਲਵਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ ਪਟੀਸ਼ਨ ਕਰਤਾਵਾਂ ਨੂੰ ਹਾਈ ਕੋਰਟ ਜਾਣ ਲਈ ਕਿਹਾ ਹੈ ਔਰ ਕੇਂਦਰ ਸਰਕਾਰ ਨੂੰ ਵੀ ਤਾੜਨਾ ਲਗਾਈ ਹੈ ਕਿ ਯਾਦਾ ਰਸਤੇ ਖੁਲਵਾਓ ਤੇ ਯਾ ਫਿਰ ਰਸਤੇ ਹੋਰ ਬਣਾਓ ਦੂਜੇ ਬਸ ਹੀ ਅਸੀਂ ਗੱਲਬਾਤ ਕੀਤੀ ਹੈ ਡਾਕਟਰ ਪਿਆਰੇ لال ਗਰਗ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੇ ਉਹਨਾਂ ਨੇ ਕਾਂਗਰਸ ਦੇ ਵਿਪ ਦੇ ਉੱਤੇ ਜਿਹੜੇ ਸਵਾਲ ਨੇ ਹੋ ਚੁੱਕੇ ਨੇ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ ਫਿਰ ਹਾਜ਼ਰ ਹੋਵਾਂਗੇ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ ਧੰਨਵਾਦ